ऐसी लाल तुझ बिन कौन करे, ऐसी लाल तुझ बिन कौन करे, ऐसी लाल तुझ बिन कौन करे। गरीब निवा बसैया मेरा, गरीब निवा रविदास सुनो रे सुन।
ਕੈਸੀ ਲਾਲ ਤੁਝ ਬਿਨ, ਕੈਸੀ ਲਾਲ ਤੁਝ ਬਿਨ, ਕੈਸੀ ਲਾਲ ਤੁਝ ਬਿਨ, ਕੌਣ ਕਰੇ ਸਰਵਰ ਹੰਸ ਤੁਰਹੀ ਮੇਲਾ ਹਸਮੈ ਏਵ ਪਾਣਾ ਸਰਵਰ ਹੰਸ ਤੁਰਹੀ ਮੇਲਾ ਹਸਮੈ ਸਰਵਰ ਹੰਸ ਤੁਰਹੀ ਰਾਮ
ਵਰ ਹੰਸ ਤੁਰੈ ਮੇਲਾ ਕਸਮ ਸੋ ਤਰਿਆ ਮੇਰੇ ਮਾ
ਪਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਧਰਿਆ ਸੋ ਤਰਿਆ
ਉੱਡ ਆਵੇ ਸਹਿ ਪੋਸਾ। ਸਤਸੰਗਤ ਮਿਲੇ ਸੋ ਤਰਿਆ, ਸਤਸੰਗਤ ਮਿਲੇ ਸੋ ਤਰਿਆ। ਸਤਿਕਾਰਯੋਗ ਸਤਸੰਗ ਜੀ, ਆਪ ਜੀ ਧੰਨ ਧੰਨ ਯੋਗ ਹੋ, ਮੁੜ ਭਾਗੀ ਹੋ।
ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਹਫ਼ਤਾਵਾਰੀ ਇਹਨਾਂ ਗੁਰਮੁਖ ਸਮਾਗਮ ਵਿੱਚ ਪੁੱਜ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਬਾਣੀ ਦਾ ਹਰ ਦਸ ਕੀਰਤਨ ਗੁਰਪ੍ਰਦੇਸ਼ ਸਰਵ ਕੀਤਾ ਹੈ, ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ ਸਰਬੱਤੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਦੱਸ ਰਿਹਾ ਵੱਲੋਂ ਕੀਰਤਨ ਦੀ ਇਤਨੀ ਸੇਵਾ ਪ੍ਰਵਾਨ ਕਰਨ, ਕੀਰਤਨ ਕਰਦੇ ਹੋਏ ਫੁੱਲਾਂ ਦੀ ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਤੋਂ ਸਮਰ ਬਖਸ਼ਣ ਸ਼ੁਕਰਾਨਾ ਤਾਂ ਤਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੰਨਾ ਅਪਾਰ ਕਿਰਪਾ ਕਰਕੇ ਇਹ ਕੀਰਤਨ ਸੇਵਾ ਲਈ ਹੈ। ਆਪ ਸਰਬ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ, ਸਕੱਤਰ ਸਾਹਿਬ ਅਤੇ ਸਮੂਹ ਮੈਂਬਰਾਂ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ, ਪਿਆਰ ਬਖਸ਼ਦੇ ਹਨ। ਮੇਰੇ ਤੋਂ ਪਹਿਲਾਂ ਸਿੱਖਾਂ ਦੀ ਅਜ਼ੀਮ ਸ਼ਖਸੀਅਤ ਸਾਡੇ ਸਤਿਕਾਰਯੋਗ ਗਿਆਨੀ ਸੁਰਜੀਤ ਸਿੰਘ ਜੀ, ਬਹੁਤ ਹੀ ਪੰਥ ਦੇ ਮਹਾਨ ਵਿਦਵਾਨ, ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਾਨੂੰ ਕਾਫ਼ੀ ਉਹਨਾਂ ਤੋਂ ਪ੍ਰੇਰਨਾ ਮਿਲੀ ਹੈ। ਸਰਵਰ ਹੰਸ ਤੋਂ ਰਹੇ ਮੇਲਾ ਜੋ ਮੈਂ ਸ਼ਬਦ ਗਾਇਨ ਕੀਤਾ ਹੈ, ਇਸੇ ਪਰਿਵਾਰ ਦੀ ਬੰਦਿਸ਼ ਹੈ, ਟਕਸਾਲੀ ਬੰਦਿਸ਼ ਹੈ। ਮੈਂ ਚਲੋ ਗੁਰੂ ਨੇ ਕਿਰਪਾ ਕੀਤੀ ਹੈ, ਸਤਿਗੁਰੂ ਨੇ ਕਿਰਪਾ ਕਰਕੇ ਇਹਨਾਂ ਦੇ ਦਰਸ਼ਨ ਵੀ ਹੋ ਗਏ ਹਨ, ਕਾਫ਼ੀ ਕੁਛ ਸਿੱਖਣ ਨੂੰ ਮਿਲਿਆ। ਮੈਂ ਇੱਕ ਪੰਕਤੀ ਤੁਹਾਨੂੰ ਸਾਂਝੀ ਕਰ ਦੇਵਾਂ। ਜੇ ਭੁੱਲੀ ਜੇ ਚੌਕੀ ਸਾਂਝੀ, ਹਾਂਜੀ ਕਾਢੀ ਮੈਂ ਉਦਨ ਗਿਆ ਜੀ ਨੇ ਘਰੇ ਦਰਸ਼ਨ ਦਿੱਤੇ ਤਾਂ ਮੈਂ ਪੰਕਤੀ ਪੜ੍ਹ ਰਿਹਾ ਸੀ ਅਤੇ ਮੈਨੂੰ ਕਹਿ ਲੱਗੇ ਭਾਈ ਸਾਹਿਬ ਜੀ ਇਹ ਪੰਕਤੀ ਠੀਕ ਕਰੋ। ਮੈਨੂੰ ਅੱਜ ਤੱਕ ਯਾਦ ਹੈ ਸਤਿਕਾਰੀ ਗਿਆਨੀ ਜੀ ਨੇ ਕਹਿੰਦੇ ਤਾਂਜੀ ਨੇ ਤਾਂਜੀ ਥੋੜ੍ਹਾ ਨਰਮ ਕਰਕੇ ਬੋਲੋ ਸੱਤ ਵਜੇ ਨਾਲ ਤੋਂ ਸੋ ਇਹਨਾਂ ਨੇ ਕਾਫ਼ੀ ਗੁਰਬਾਣੀ ਦਾ ਉਚਾਰਨ ਸਹੀ ਕਰਵਾਇਆ। ਬਹੁਤ ਵਿਦਵਾਨ ਨੇ ਅੱਜ ਦਰਸ਼ਨ ਹੋਏ ਹਨ, ਗੁਰ ਕਿਰਪਾ ਕਰੇ ਇਸ ਤਰ੍ਹਾਂ ਇਸਾਂ ਵੀ ਹੋਰ ਸੰਗਤਾਂ ਨੂੰ ਵੀ ਗੁਰਉਪਦੇਸ਼ ਪਿਆਰ ਵੰਡਦੇ ਰਹਿਣ। ਸੋ ਸਾਧ ਜੀ ਇਤਨੀ ਸੇਵਾ ਪ੍ਰਵਾਨ ਕਰਨੀ ਪਿਆਰ ਸਾਹਿਬ, ਹੁਣ ਆਪਾਂ ਅਨੰਦ ਸਾਹਿਬ ਜੀ ਦਾ ਜਾਪ ਕਰੀਏ, ਉਹ ਬ੍ਰੰਥ ਅਰਦਾਸ ਹੋਵੇਗੀ। ਆਓ ਜੀ।